ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ। ਅੱਜ ਬਾਈ 1 ਨਵੰਬਰ ਅਤੇ ਦਿਵਾਲੀ ਦਾ ਦਿਨ। ਸਤਿ ਸ਼੍ਰੀ ਅਕਾਲ ਜੀ। ਬੰਦੀ ਛੋੜ ਦਿਵਸ ਦਾ। ਹਾਂਜੀ ਹਾਂ, ਸਭ ਨੂੰ ਮੁਬਾਰਕਾਂ ਦਿਵਾਲੀ ਜੀ। ਦਿਵਾਲੀ ਵੈਸੇ ਕੱਲ੍ਹ ਵੀ ਮਨਾ ਲਈ ਕਹੀ ਜਾਂਦੇ। ਹਾਂਜੀ ਹਾਂ, ਉੱਥੇ ਸਤੀਆਂ ਪਰ ਮੱਥਾ ਟੇਕ ਕੇ ਥਾਬਲ। ਹਾਂ ਬਾਈ, ਕੱਲ੍ਹ ਮਨਾ ਲਈ। ਸਾਡਾ ਆਪਣਾ ਕੋਤ ਬਾਈ ਥਾਬਲ ਆ, ਥਾਬਲਾਂ ਪਿੰਡ ਪੁਰਾਣਾ, ਉਹ ਪੈਂਦਾ ਫਤਿਹਗੜ੍ਹ ਸਾਹਿਬ 'ਚ। ਉੱਥੇ ਹੁਣ ਸ਼ਹੀਦਾਂ ਸਿੰਘਾਂ ਦੀ ਜਗ੍ਹਾ ਬਣੀ ਵੀ ਉਹਦੀ, ਸਤੀਆਂ ਸਤੀਆਂ ਦੀ ਸ਼ਹੀਦਾਂ ਸਿੰਘਾਂ ਦੀ ਸਤੀਆਂ ਇਹ ਟੇਕਦੇ ਆ, ਉੱਥੇ ਜਾਂਦੇ ਹੁੰਦੇ ਆ, ਉੱਥੇ ਮੱਥਾ ਟੇਕ ਦਿਵਾਲੀ ਨੂੰ ਜਾਂਦੇ ਆ ਵੀ। ਕਈ ਨੇ ਕੱਲ੍ਹ ਦਾ ਟੇਕਿਆ ਵਾ। ਅੱਛਾ, ਉੱਥੇ ਵੀ ਉਹ ਫਿਰ ਉਹੀ ਲੋਕ ਡਬਲ ਮਾਈਂਡਡ ਹੋ ਗਏ ਨਾ। ਕਿਸੇ ਨੂੰ ਆਪਣਾ ਕੈਲੰਡਰ 'ਚ ਹੈਗਾ ਨਾਨਕਸ਼ਾਹੀ 'ਚ 1 ਤਰੀਕ ਦਾ, ਅਤੇ ਊਂ ਬਣਦੀ ਆ ਜੇ ਦੂਏ ਤਰੀਕੇ ਨਾਲ ਦੇਖੀਏ ਤਾਂ ਬਣਦੀ ਤੀ ਅੱਜ ਸ਼ਾਮ ਦੇ 5 ਵਜੇ ਤੱਕ ਟਾਈਮ ਬਣਦਾ ਤਾ, ਕੱਲ੍ਹ ਦੇ ਦੁਪਹਿਰ ਦੇ 12 ਵਜੇ 'ਤੇ ਲੈ ਕੇ, ਜਿਹੜੀ ਕੱਲ੍ਹ ਲੰਘ ਕੇ ਗਈ ਆ ਉਹ ਤਾਂ ਅੱਜ ਦੁਪਹਿਰ, ਹਾਂ 4-5 ਵਜੇ ਤੱਕ ਦਾ ਟਾਈਮ ਬਣਦਾ ਤਾ। ਉਹ ਹਿਸਾਬ ਨਾਲ ਚੱਕਣਾ, ਪੰਡਤਾਂ ਪੁੰਡਤਾਂ ਨੇ ਕੱਢਣਾ ਹੁੰਦਾ, ਮਤਲਬ ਜਿਹੜੇ ਹਿੰਦੂ ਵੀਰ ਆ ਉਹਨਾਂ ਨੇ ਜ਼ਿਆਦਾਤਰ ਇਕੱਲੇ ਮਨਾਈ ਆ। ਬਾਕੀ ਮੈਂ ਤਾਂ ਇੱਧਰ ਵੀ ਦੇਖਿਆ ਸ਼ਹਿਰ 'ਚ, ਹੁਣ ਚਮਕੌਰ 'ਤੇ ਰੋਪੜ 'ਤੇ ਆਇਆ, ਜਿਹੜੇ ਊਂ ਵੀ ਆਪਣੇ ਹੈਗੇ ਵੀ ਆ ਹਿੰਦੂ ਆਪਣੇ ਸ਼ਹਿਰਾਂ 'ਚ, ਹਿੰਦੂ ਵੀਰ ਜਿਹੜੇ ਰਹਿੰਦੇ ਵੀ ਆ ਉਹਨਾਂ ਨੇ ਵੀ ਅੱਜੇ ਮਨਾਉਣੀ ਬਹੁਤ ਨੇ ਤਾਂ। ਆਹੋ, ਕਿਸੇ ਨੇ ਮਨਾਈ ਕੱਲ੍ਹ ਰਾਤ, ਦੀਪਮਾਲਾ ਹੋਈ ਹੋਈ ਨਹੀਂ ਕਿਸੇ ਦੇ, ਮੋਮਬੱਤੀਆਂ ਸਾਡੇ ਪਿੰਡਾਂ 'ਚ ਬਾਈ ਅਨਾਊਂਸਮੈਂਟਾਂ ਕਰਤੀਆਂ ਤੀਆਂ ਉਰੇ ਵੀ ਆਪਾਂ ਨੇ 1 ਨੂੰ ਇਹ ਮਨਾਉਣੀ ਆ, ਜਿਹੜਾ ਅਕਾਲ ਤਖ਼ਤ ਦੇ ਸੰਦੇਸ਼ ਆ 19 ਤਰੀਕ ਦਾ, ਉਹ ਹੋ ਗਿਆ ਤਾਂ। ਅਤੇ ਮੈਂ ਸਮਾਨ ਸਾਰਾ ਤਾਂ ਹੋ ਗਿਆ ਤਾਂ, ਜਾਣ ਲੱਗਿਆ ਪਹਿਲਾਂ ਲਾਈਟਰ ਵੀ ਟਰਾਲੇ ਟੂਲੇ ਸਾਰੇ ਲਾਵੀਆਂ ਸੁਹਾਗੇ, ਡੰਗਰ ਤਾਂ ਇਹਨਾਂ ਨਾਲ। ਹਾਂ, ਡੰਗਰ ਤਾਂ ਸਵੇਰੇ ਨਾਲ ਉੱਥੇ, ਸੰਦ ਜਿੰਨੇ ਹੁੰਦੇ ਬਾਈ ਆਪਣੇ, ਬੱਕਰੀਆਂ ਤਾਂ ਨਲਾਈਆਂ ਸਾਰੇ ਪੱਧਰ 'ਤੇ, ਹੈ ਬੱਕਰੀਆਂ ਨਹੀਂ ਨਲਾਈਆਂ, ਨਲਾਉਣੀਆਂ ਵੀ ਇੱਦਾਂ ਹੀ ਸੁੱਚੀਆਂ ਜਿਹੀਆਂ ਕਰਦੇ ਆ, ਛਿੱਟਾ ਜਿਹਾ ਮਾਰ ਕੇ ਬਾਲਟੀ ਲੈ ਕੇ। ਅਤੇ ਬਾਕੀ ਬਾਈ ਜਿਹੜੇ ਆਪਣੇ ਆਹ ਸਾਰੇ ਸੰਦ ਸਾਰੇ ਆਪਣੇ ਪਾਣੀ ਮਾਰਤਾ ਤਾ ਆਪਣਾ, ਚਾਹੇ ਉਹ ਰੇੜਾ ਹੋ ਗਿਆ, ਟਰੈਕਟਰ ਵੀ ਧੋ ਕੇ ਖੜਾਇਆ ਵਾ, ਇੱਧਰ ਚਿੱਤੂ ਵੀ ਨਲਾ ਦਿੱਤਾ ਜਾਨਵਰ ਆਪਣਾ, ਅਤੇ ਪਸ਼ੂ ਵੀ ਨਲਾ ਦਿੱਤੇ ਤੇ ਬਾਈ। ਬਾਕੀ ਉੱਧਰ ਸਹਿਬ ਜੀ ਘੋੜਾ ਨਾ ਹੋਣ ਲੱਗਿਆ ਵਾ, ਗੱਡੀ ਵੀ ਧੋਤੀ ਤੀ ਬਾਈ, ਅਤੇ ਸਾਈਕਲ ਵੀ ਸਾਰਿਆਂ ਦਾ ਇਸ਼ਨਾਨ ਕਰਾ ਦਿੱਤਾ ਪੱਧਰ 'ਤੇ। ਆਹ ਦੇਖੋ ਵਿਹੜਾ ਉਰੇ ਬਾਈ, ਟਰਾਲੇ ਆ ਕੇ ਆਪਣੇ, ਕਿਉਂਕਿ ਜੀਰੀ ਦੇ ਭਰ ਭਰ ਕੇ ਟਰਾਲੇ ਆ ਕੇ ਸਾਰੇ ਸ਼ੈੱਡ 'ਚ ਲੱਗਦੇ ਤੇ ਨਾ, ਉਹ ਵਜਨ ਹੁੰਦਾ ਏ, ਆਹ ਕੱਚਾ ਉਹਦੇ ਕਰਕੇ ਨਾ ਉਹਦੇ ਭੁੱਬਲ ਹੋ ਗਈ ਤੀ ਬਾਈ, ਸਾਰੀ ਭੁੱਬਲੇ ਭੁੱਬਲ ਹੋ ਗਈ ਤੀ ਉਹਦੇ ਕਰਕੇ, ਇੱਕ ਨਾਲੇ ਸੰਦ ਧੋ ਕੇ, ਬਾਕੀ ਵਿਹੜਾ ਐਨ ਆਹ ਮਿੱਟੀ ਜੰਮ ਜੂਗੀ, ਦੋ ਕੰਮ ਹੋ ਜਾਣਗੇ। ਗੱਡੀ ਉੱਪਰ ਉੱਪਰੋਂ ਹੀ ਧੋਤੀ ਤੀ ਬਾਈ, ਇੱਧਰ ਜਾਨਵਰ ਉਹ ਕਰਨ ਲੱਗੇ ਵੇ, ਤੂੰ ਨਲਾਉਣ ਲੱਗੇ ਵੇ, ਇੰਨੀ ਦੂਰ ਤੋਂ ਸਤਿ ਸ਼੍ਰੀ ਅਕਾਲ ਸੁਣ ਜੂਗੀ ਤੇਰੀ, ਹੁਣ ਬੋਲ ਆ ਰਹੇ ਬਾਈ ਜਾਨਵਰ ਇੱਦਾਂ ਚਿੱਟੇ ਦਾ ਹੀ ਆ, ਚਿੱਟੇ ਦਾ ਇਹਦਾ ਫਿਰ ਸਫਾਈ ਬਹੁਤ ਮੰਗਦਾ। ਨਾਲੇ ਹੁਣ ਕੋਈ ਵੀ ਚੀਜ਼ ਆ, ਗੱਡੀ ਵੀ ਅਜੇ ਚਲਾਉਂਗੇ ਤਾਂ ਗੰਦੀ ਹੋਣੀ, ਉਹ ਜਾਨਵਰ ਵੀ ਅਜੇ ਹੈ, ਕਿੰਨਾ ਛਿੱਲੇ ਹੋਇਆ ਬੋਏ ਦਰਵਾਜ਼ਾ ਦੇਖੋ ਬਾਈ, ਦੂਰ ਰਹੀ ਮੇਰੇ ਵੀ ਨੰਬਰਾਂ ਦੀ ਲੱਤ ਜ਼ਖਮ ਹੋ ਗਏ, ਇੱਕ ਉੱਪਰ ਜ਼ਖਮ ਕਰਾਈ ਫਿਰਦਾ ਏ, ਤਾਂ ਹੀ ਨਹੀਂ ਖੋਲ ਲਾਉਂਦਾ ਥੱਲੇ, ਨਾ ਉਹ ਤਾਂ ਊਂ ਢਿੱਲਾ ਛੱਡੀ ਫਿਰਦਾ ਸਰੀਰ ਲੈ ਖੜ ਗਿਆ। ਜਿਹੜੀ ਨਵੀਂ ਬਣਾਈ ਤੀ ਵੱਢਦਾ, ਨਾਲੇ ਉਦਣ ਜਿਦਾਂ ਵੀਡੀਓ ਉਦਣ ਕਹਿੰਦੇ ਕੁਛ ਨੀ ਕਹਿੰਦਾ, ਚੌਂਕੇ ਤੇ ਬਾਈ ਦਿਖਾਉਂਦੇ ਸਾਨੂੰ, ਫਿਰ ਦੇਖਿਓ ਇਹਦਾ ਗਿੱਲਾ ਹੋਇਆ ਵਾ, ਵਾਕਮੈਨ ਨੂੰ ਘੋੜ ਸਵਾਰੇ ਬਣਾਉਣਾ, ਇੱਧਰ ਵੀ ਸਹੀ ਛਿੱਲੀ ਵੀ ਲੱਤ ਦੋਏ ਸੈਣੇ ਯਾਰ, ਮਾੜੀ ਜਗ੍ਹਾ ਚੋਂ ਨਿਕਲ ਗਿਆ। ਦੋਈ ਲਾਏ ਤੇ
ਦਵਾਈ ਲਾਏ ਤੇ ਵੀ ਹਾਂ ਫਿਰ ਅਜੇ ਉਪਰਾ ਕਰੂੰਗਾ ਨਾ ਫਿਰ ਕੀ ਫਾਇਦਾ ਜੇ ਹੁਣ ਲੱਗ ਗਿਆ ਨਹੀਂ ਰਾਤਾਂ ਮਾਰ ਜੇ ਦੁੱਧ ਚ ਦੇ ਦੇ ਹਲਦੀ ਉਹ ਤਾਂ ਮੈਂ ਦੇ ਦਿੰਨਾ ਔਰ ਵਾਕਮੈਨ ਆਪ ਨਾ ਲਿਆ ਤੇ ਸ਼ਾਮ ਨੂੰ ਨਾ ਬਾਬਾ ਵੀ ਨਾ ਆਇਆ ਮੈਂ ਸੱਜਣ ਤੇ ਸ਼ਨਾਨ ਕਰਾਇਆ ਬਾਬਿਆਂ ਦੇ ਹੈ ਹਾਂ ਬਈ ਤੂੰ ਕਦੇ ਐ ਬੈਠਾ ਹੈ ਜਿਹੜਾ ਬੰਬ ਨਹੀਂ ਦਵਾਏ ਹੁੰਦੇ ਆਏ ਮੂੰਹ ਕਰਕੇ ਬੈਠੇ ਹੁੰਦੇ ਜੇ ਬੰਬ ਨਹੀਂ ਮਿਲਦੇ ਤੇ ਛੋਟੇ ਹੁੰਦੇ ਨੂੰ ਤਾਲਾ ਆਪ ਮਾਰਤਾ ਸਾਹਿਬ ਇਹ ਪਾਣੀ ਜੀਰੀ ਕਰ ਜਾਣੀ ਉਧਰ ਨੇ ਲੈ ਜਾਂਦੇ ਜੀਰੀ ਬਈ ਆਪਣੇ ਵਾਲੇ ਟਰਾਲੇ ਚ ਪਾਈ ਵੀ ਇਹਨੇ ਉਦੋਂ ਵੀ ਦੋ ਕਿੱਲਿਆਂ ਦੀ ਮੰਗਾ ਸੀ ਆਲੂ ਦਾ ਖਬਰ ਬੇਕਾਰ ਆ ਵੀ ਦਿੱਤੀ ਹੈ ਮੰਡੀ ਚ ਤਾਂ ਕਾਹਦੀ ਛੁੱਟੀ ਆ ਮੰਡੀ ਤਾਂ ਕਿਸਾਨਾਂ ਦੀ ਇਸ ਵਾਰ ਦੀਵਾਲੀ ਮੰਡੀਆਂ ਚ ਲੰਘ ਗਈ ਆਏ ਬੈਠੇ ਆ ਕਿੰਨੇ ਬਤਾ ਤੇਕੇ ਸਤੀਆਂ ਪਰ ਜੀਰੀ ਉਹ ਬਹੁਤ ਖੜੀ ਹੈ ਉਹ ਫਿਰ ਉਹ ਤਾਂ ਪਰਮਲ ਆ ਪਰਮਲ ਥੋੜੋ ਆ ਸੱਚੀ ਆਵਾਜ਼ ਦੂਈ ਆਪਣੀ ਪੀਲੀ ਪੂਛਾ ਪੀਲੀ ਪੂਛਾ ਜਿਹੜੀ ਬੰਦ ਕਰੀ ਵੀ ਤੀ ਬਹੁਤ ਲਾਈ ਪਈ ਆ ਏਰੀਏ ਭਰਿਆ ਪਿਆ ਉਹਨਾਂ ਨੇ ਵਧੀਆ ਰਹਿਣਾ ਇਸ ਵਾਰ ਉਹਨੇ ਝਾੜ ਬਹੁਤ ਆ ਝਾੜ ਵੀ ਬਹੁਤ ਆ ਨਾਲੇ ਜਾਨੂ ਮੰਡੀਆਂ ਬੇਲੀਆਂ ਹੋ ਜਾਣੀਆਂ ਮੰਡੀਆਂ ਨਾ ਬੰਦ ਹੋ ਜਾਣ ਨਹੀਂ ਨਹੀਂ ਕਹਿੰਦੇ ਤੇ ਕਹਿੰਦੇ ਲੇਬਰਾਂ ਪਏ ਦੋ ਤਿੰਨ ਤਰੀਕ ਸੀ ਤੇ ਬਾਅਦ ਚਲ ਜਾਣ ਨਹੀਂ ਨਹੀਂ ਐ ਤਾਂ ਜਿਨ੍ਹਾਂ ਨੇ ਜੇ ਉਹ ਏਰੀਏ ਚ ਲਾਈ ਵੀ ਆ ਉੱਥੇ ਫਿਰ ਆੜਤੀ ਵੀ ਉਦਾਂ ਦੇ ਹੀ ਹੋਣੇ ਆ ਉਹਨਾਂ ਦੇ ਲੈਣੇ ਵਾਲੇ ਹੀ ਜਿਹੜੀ ਲੇਬਰਾਂ ਲੂਬਰਾਂ ਦਾ ਖਾ ਲੈਂਦੇ ਉਹ ਚਲ ਜਾਂਦੀ ਹਾਂ ਤਾਂ ਨਹੀਂ ਤਾਂ ਲੇਬਰ ਨਹੀਂ ਹੈ ਤੋਲਣੀ ਲੇਬਰ ਨਹੀਂ ਉਧਰ ਲੈਣ ਦਾ ਉੱਥੇ ਪੱਕੇ ਪਰ ਨਹੀਂ ਆਪਣੇ ਇੱਧਰ ਇੱਧਰ ਕਹਿੰਦਾ ਮੈਂ ਜਿੱਥੇ ਡੰਗਰ ਨਾਲ ਆਉਂਦੇ ਆ ਹਾਂ ਦਾ ਬਾਈ ਇਹ ਦਾਣਾ ਰੋਟੀ ਆਪਣੀ ਆਪਣੀ ਮਤਲਬ ਜਿਹੜਾ ਕਾਕੰਡਾ ਖਾਂਦਾ ਜੋ ਵੀ ਇਹਦੇ ਦਾਣਾ ਪਾਣੀ ਉਹ ਰੱਜ ਕੇ ਖਾਧਾ ਨਹੀਂ ਇਹਨੇ ਤਾਂ ਹੀ ਇੰਨਾ ਮਾੜਾ ਲੱਗਦਾ ਤਾ ਜੰਮਿਆ ਹੀ ਉੱਥੇ ਆ ਹੁਣ ਜੇ 9-10 ਮਹੀਨੇ ਦਾ ਇਹ 9-10 ਮਹੀਨੇ ਉੱਥੇ ਹੀ ਰਿਹਾ ਫੇ ਜੰਮਿਆ ਵਾ ਉਪਰ ਤਾਂ ਕਰਨਾ ਹੀ ਆ ਬਈ ਘੋੜਿਆਂ ਦਾ ਅਲੱਗ ਜਿਵੇਂ ਕੁੱਤਿਆਂ ਦੇ ਵੀ ਆਉਂਦੇ ਹਰੇਕ ਚੀਜ਼ ਦਾ ਅੱਛਾ ਖਾਸਾ ਵਧਾਉਣਾ ਸ਼ੀਸ਼ੀ ਫਿਰ 2400 ਦੀ ਆ ਜਾ ਬਾਈ ਇੱਧਰ ਨੂੰ ਚਮਕੌਰ ਸਾਹਿਬ ਦਾ ਅੰਕਲ ਤਾਂ ਇੱਕ ਇਹ ਕਿਉਂਕਿ ਐਲ ਟੈਪ ਆ ਇਹ ਹਰੇਕ ਤੇ ਲੱਗਦੀ ਨੀ ਲੋਟੇ ਨਾ ਆਵੇ ਕਿਸੇ ਦੇ ਨਹੀਂ ਚੱਲ ਫਿਰ ਹੁਣ ਇੱਧਰ ਆਪਾਂ ਲਾਣੀ ਆ ਨਾ ਉਹ ਸ਼ੈੱਡ ਛੁੱਡ ਚ ਵੀ ਉਹ ਫਿਰ ਦੂਏ ਤਰ੍ਹਾਂ ਲਵਾਵਾਂਗੇ ਆਹ ਖੁੱਲੀਆਂ ਨਾ ਜਿਹੜੀਆਂ ਗਲ ਗਈ ਆ ਉਹ ਦੇਖ ਆ ਦੇਖ ਉਹ ਗਲ ਗਈਆਂ ਇਹ ਆਪਾਂ ਨਿੱਟਾਂ ਦੀ ਬਣਾਉਣੀ ਆ ਪਰਦੀ ਕਰਕੇ ਜਿਹੜੀ ਦੱਸ ਇੱਕ ਪਰਦੀ ਇੱਧਰ ਹੋਣੀ 4 ਇੰਚੀ ਪਰ ਇੱਕ ਇੱਧਰ ਇੰਨੀ ਕੁ ਆ ਤਾਂ ਰਹਿਣ ਦੇ ਜਿਹੜੀ ਆਹ ਵਿੱਚ ਆ ਇਹਦਾ ਪਛੇ ਇਹ ਤਾਂ ਛੇੜਨੇ ਨਹੀਂ ਇੱਥੇ ਦੇ ਆਏ ਆ ਵੱਢ ਦੇਣੀ ਆ ਵੱਢ ਦੇਣੀ ਹਾਂ ਇਹ ਵੱਢ ਕੇ ਇੱਥੇ ਦੇ ਆਏ ਹਾਂ ਐ ਘੁਮਾ ਦੇ ਸੀ ਉਹਦੇ ਨਾਲ ਜੋੜ ਦੇ ਉਹਦੇ ਨਾਲ ਜੋੜ ਕੇ ਉੱਪਰ ਵਿੱਚ ਥੱਲੇ ਮਿੱਟੀ ਪਾ ਕੇ ਭਰਤ ਪਾ ਕੇ ਕੀ ਕੰਧ ਦੀ ਲੋੜ ਹੈ ਨਹੀਂ ਫੇ ਉੱਧਰ ਕੀ ਕਰਨਾ ਹੈ ਕਾਤੇ ਉੱਧਰ ਤੇਗਾ ਜਿਉਂ ਲਾ ਦੂਗੇ ਇੱਟ ਲਾ ਕੇ ਨਹੀਂ ਕੰਧ ਕਾਤੇ ਨਹੀਂ ਕਰਨੀ ਪੈਣੀ ਖੜੀ ਇੱਟ ਦੀ ਕਰ ਮਿੱਟੀ ਕਿਵੇਂ ਖੜ ਜੂਗੀ ਜਾਲੀ ਤਾਂ ਹੈਗੀ ਆ ਖੜੀ ਇੱਟ ਦੀ ਕਰਕੇ ਨਾਲ ਮਿੱਟੀ ਭਰ ਕੇ ਵਿੱਚ ਉਹੀ ਕਹਿੰਦਾ ਮੈਂ ਉੱਪਰ ਆ ਕੇ ਨਾ ਆਪਣੇ ਚੌਰਸ ਨਹੀਂ ਕਰਨੀ ਐ ਗੋਲ ਕਰਨੀ ਆ ਉਹੀ ਕੰਮ ਜਾ ਹਾਂ ਦੱਸਾਂ ਕਿ ਆਇਆ ਖੁੰਜਿਆਂ 'ਚ ਜੰਮ ਜਾਂਦਾ ਹੁਣ ਵੀ ਤਾਂ ਹੀ ਗਲੀ ਸੁੱਕੇ ਇਹ ਆਹ ਖੁੰਜਿਆਂ 'ਚ ਜੰਮ ਜਾਂਦਾ ਇਹਦੇ ਹੈ ਉਹਦੇ ਕਰਕੇ ਜਰ ਲੱਗ ਗਈ ਇਹਨੂੰ ਬਿਲਕੁਲ ਨੀਂਹ ਦਾ ਪਾਣੀ ਵੀ ਯਾਰ ਵਿੱਚੇ ਰੁਕਦੇ ਆਵੇ ਆਗੇ ਐਸਟੀਮੇਟ ਮੈਨੂੰ ਮੈਂ 700 ਇੱਟ ਦਾ ਆਈਡੀਆ ਲਾਇਆ ਤਾਂ ਮਾੜਾ ਦੇਖੀ ਤਾਂ ਤੂੰ ਵੀ ਤਾਂ ਮਾਰ ਕੇ ਲੱਗ ਜੇ 700 ਦੇ ਘੱਟੇ ਲੱਗੂਗੀ ਹਾਂ ਆਹੋ ਮੈਂ ਵੱਤੇ ਵੱਧ ਲਾਈ ਤੀ ਵੀ 700 ਵੱਤੇ ਵੱਧ 10 ਫੁੱਟ ਇੱਧਰ ਆ ਹੈ ਤੇ 20 ਫੁੱਟ ਇੱਧਰ ਆ 20 ਅਸਤੇ 20 30 ਉੱਪਰ ਨੂੰ ਰਦੇ ਲੱਗ ਬਣੇ ਤੇ ਮੇਰੇ ਕੋਲ 5 ਪਤਨੀ 6 ਰਦੇ ਪਤਨੀ ਪਤਨੀ ਭਾਈ 7 ਉੱਪਰ ਨੂੰ ਤੇ ਐ ਲੰਬੇ ਬਣੇ ਤੇ ਇੱਥੇ 250-300 ਟਕੇ ਸਰ ਜਾਣਾ ਸਾਰਾ ਹੈ ਸਿਰਫ ਹਾਂ ਤੇਗੇ ਦੀ ਬਣਾਉਣੀ ਖੜੀ ਟ ਦੀ ਅੱਛਾ ਹਾਂ ਖੜ ਵੀ ਲਾਉਣੀ ਹੈ ਕਿਹੜਾ ਉਹ ਕਰਨਾ ਮਤਲਬ ਕਰਨਾ ਹਾਂ ਉਹਨਾਂ ਕੜ ਤੱਕ ਵੱਜਣੀ ਆ ਸਪੋਰਟ ਹੈਗੀ ਨਾਲ ਉਹਦੀ ਇਹ ਵੀ ਠੀਕ ਆ ਬਣਾ ਦੇ 300 ਟਕੇ ਉਹ ਇੱਟ ਵੱਜਣੀ ਨਾਲ ਪਈ ਐ ਨਿਕ ਹੈ ਬਸ ਰੋਈ ਦਾ ਐਨਿਕ ਦਾ ਘੜ ਕੇ ਸੈਲਰ ਤੇ ਚੱਕ ਲਿਆਉਂਗੇ ਥੋੜੀ ਬਹੁਤੀ 100-200 ਇਦਾਂ ਕੰਮ ਨਹੀਂ
ਬਜਰੀ ਬੁਜਰੀ ਦੇ ਦੂੰਗੀ ਨਹੀਂ ਪਰਸੋਂ ਨੂੰ ਬਣਾ ਦੇ ਬਜਰੀ ਚਾਹੀਦੀ ਕੱਲ ਤੇ ਸਾਡੀ ਛੁੱਟੀ ਹੋਣੀ ਮੇਰੀ ਇੱਕ ਗੱਲ ਸੁਣਿਓ ਮੈਂ ਨਾ ਹਜੇ ਗੁਰਮੁਖ ਤੇ ਲੱਗਿਆ ਪਿਆ ਕਿਉਂਕਿ ਟਾਈਮ ਵੀ ਤੇ ਬਹੁਤ ਘੱਟ ਲੱਗਦਾ ਤਾਂ ਕਿ ਛੁੱਟੀਆਂ ਹੋ ਗਈਆਂ ਹਰ ਦੋ ਦਿਨ ਉਹ ਨਾ ਕੰਧ ਹੋਈ ਵੀ ਜੀ ਕੰਧ ਨਹੀਂ ਗਿਰ ਗਈ ਤੀ ਜਗਦੀਪ ਵਾਲੀ ਕੰਧ ਗਿਰੀ ਤੀ ਜਿਹੜੀ ਉਹੀ ਨਹੀਂ ਗੁਰਮੁਖ ਨਹੀਂ ਜਿਹੜਾ ਨੇਕ ਦਾ ਮੁੰਡਾ ਉਹੀ ਉਹਨਾਂ ਦੀ ਕੰਧ ਗਿਰ ਗਈ ਤੀ ਪਿੱਛੇ ਜਗਦੀਪ ਤੇ ਪਤਾ ਨਹੀਂ ਉਹ ਨਹੀਂ ਉੱਪਰ ਜਵਾਰੀ ਬਣਾਉਣ ਲੱਗਿਆ ਉਹ ਅੱਛਾ ਅੱਛਾ ਹਾਂ ਉਹ ਜਗਦੀਪ ਨੇ ਤਾਂ ਹੋਰ ਕੰਮ ਕਰ ਕਿੰਨੇ ਕਿੱਦਣ ਕਹਿੰਦਾ ਫਿਰ ਤੂੰ ਹਾਂ ਮੈਂ ਤਾਂ ਜਿੱਦਣ ਇਹਦੇ ਕੋਲ ਆਉਣਾ ਉਰੇ ਤੇਰਾ ਭਾਈ ਵੀ ਜਾਣਦਾ ਦੂਜਾ ਕੰਮ ਦਲਾਵਰ ਹਾਂ ਨਹੀਂ ਉਹ ਯਾਰ ਬਾਹਰ ਚਲੇ ਗਏ ਦੋਹੇ ਅੱਛਾ ਕੁਲਵੀਰ ਹਰਜਾਵਰ ਅੱਛਾ ਤੇ ਹੁਣ ਉਹਨਾਂ ਕਰਕੇ ਫਿਰ ਮੈਨੂੰ ਥੋੜਾ ਔਖਾ ਹੋਇਆ ਤਾਂ ਦੇਖੋ ਕੰਮ ਇਕੱਠਾ ਜ਼ਿਆਦਾ ਹੋ ਗਿਆ ਹੁਣ ਉਹਦੇ ਵਾਲੇ ਬੰਦੇ ਆ ਵੀ ਕੰਮ ਐ ਕਰਦੇ ਨਹੀਂ ਹੁਣ ਸਾੜਾ ਤਾਂ ਇਹ ਸਾਲਾ ਗੱਡਾ ਖੜਾ ਇਹ ਤਾਂ ਹੁਣ ਉਹ ਟੁੱਟ ਗਈ ਇਹ ਵੀ ਟੁੱਟੀ ਕੱਖ ਖਿੰਡੀ ਜਾਂਦੇ ਥੱਲੇ ਨਾ ਪੈਂਦੇ ਚੱਜ ਨਾ ਉਹ ਉਹਦੇ ਪਰਾਂ ਤੇ ਗਲ ਗਈ ਉਹ ਸਾਰੀ ਫੀੜ ਥੱਲੇ ਗਿਰ ਜਾਂਦੀ ਸਾਰੀ ਉਹ ਵਿੱਚੋਂ ਗਲੀ ਪਈ ਜਾਂਦੀ ਫੀੜ ਗਿਰ ਜਾਂਦੀ ਹਾਂ ਇਹਨੇ ਮੂਜੀ ਕਰ ਸਕਦੀ ਹੈ ਆਪਣਾ ਦਿਹਾੜੀ ਦੇ ਹੀ ਕੰਮ ਆ ਇਹ ਹਾਂ ਆ ਬੱਜ ਗਈ ਸਾਡੀ ਇਹਦੇ ਖੋਲ ਉਹ ਵੀ ਫੀੜ ਵੀ ਗਰੀ ਜਾਂਦੀ ਆ ਮੋਰੇ ਹੋ ਗਿਆ ਭਾਈ ਦੇਖੋ ਗਲ ਕੀ ਹੂੰ ਪਰਲੀ ਤੇ ਜੰਮੀ ਗਲ ਕੱਲ ਸੀਗੇ ਤੇ ਪੈਪ ਲੈਣ ਪਲਾਸਟਿਕ ਐਦਾਂ ਦਾ ਵੀ ਜੇ ਵੱਤੇ ਵੱਤੇ ਚੌੜਾ ਮਿਲ ਜਵੇ ਉਹ ਪਹਿਲਾਂ ਲੈ ਲਿਆ ਕਢਵਾ ਲਿਆ ਬਾਅਦ ਚ ਉਹ ਬੰਦਾ ਸਾਡਾ ਬਾਗ ਬਤਾਉ ਕਹਿੰਦਾ ਅਸੀਂ ਰਹਿਣ ਦੋ ਇਹ ਖੁਸ਼ਕ ਹੋ ਜਾਂਦਾ ਕਹਿੰਦਾ ਤੜ ਜਾਣਾ ਇਹ ਸਰਦੀਆਂ ਚ ਆ ਗਏ ਸਰਦੀਆਂ ਖੁਸ਼ਕ ਹੋ ਜਾਂਦਾ ਕਹਿੰਦਾ ਇਹ ਧਰਤੀ ਜੋਵੇ ਫਿਰ ਕੋਈ ਚੱਕਰ ਨਹੀਂ ਜਿਕੜਾ ਲੱਗਿਆ ਵਾ ਇਹ ਕਹਿੰਦਾ ਖੁਸ਼ਕ ਹੋ ਜਾਂਦਾ ਨਹੀਂ ਨਹੀਂ ਸਰਦੀ ਚ ਕਹਿੰਦਾ ਜ਼ਿਆਦਾ ਹੁੰਦਾ ਸਰਦੀ ਚ ਜਿਵੇਂ ਮਰਜ਼ੀ ਕਰਦੇ ਸ਼ਾਮ ਨੂੰ ਕਰਦੇ ਸ਼ਾਮ ਨੂੰ ਕਰਦੇ ਉਹਨਾਂ ਠੇਕਾ ਕਰ ਲਈ ਜਿਵੇਂ ਮਰਜ਼ੀ ਕਰ ਲਈ ਜਿਵੇਂ ਹਾਂ ਹਾਂ ਜਿੱਦਾਂ ਆਪਣੇ ਸ਼ਾਮ ਨੂੰ ਆ ਕੇ ਦੋ ਦੋ ਘੰਟੇ ਦੋ ਦਿਨ ਲਾ ਜੀ ਚਾਹੇ ਨਾਲ ਲੱਗ ਜਾਂਗੇ ਤੇਰੇ ਚਾਹੇ ਆਪਣੇ ਹੈ ਨਹੀਂ ਨਹੀਂ ਇਹ ਦਿਵਾਲੀ ਨੂੰ ਆਪਾਂ ਨੇ ਕੋਈ ਨੀ ਵੇਚੀ ਠੀਕ ਆ ਬਸ ਸ਼ੌਂਕ ਨੂੰ ਰੱਖੀ ਵੀ ਵਧਾ ਰਹੇ ਅਜੇ ਤਾਂ ਅੰਦਰ ਵੀ ਉਹੀ ਸੋਚਦੇ ਤੇ ਉਹ ਢੋਲ ਲਵਾ ਤੇ ਅੰਦਰ ਡੈਡੀ ਨੇ ਉਹਦੇ ਉੱਪਰ ਚੜ ਜਾਂਦੇ ਆ ਇਹ ਉਹ ਤੋੜ ਤੇ ਮੈਂ ਕਿਹਾ ਉੱਥੇ ਜਿੱਟ ਵੱਧ ਗਈ ਉੱਥੇ ਤਾਂ ਇੱਕ ਪਾਸੇ ਹੀ ਲੱਗਣੀ ਆ ਖੜਮੀ ਟਿੱਕ ਪਾਸੇ ਲੱਗ ਕੇ ਅੰਦਰ ਚੱਕਵਾ ਠੀਕ ਆ ਹੈ ਅੰਦਰ ਚੱਕਵਾ ਠੀਕ ਆ ਅੰਦਰ ਪੱਕੀ ਨਾ ਬਣਾ ਉਹਨੇ ਜਗ੍ਹਾ ਕਵਰ ਕਰਨੀ ਜ਼ਿਆਦਾ ਨਹੀਂ ਨਹੀਂ ਉਹ ਦੇਖ ਇਹ ਕਿਹੜੇ ਚੱਕਵੇਂ ਆ ਇਹ ਵੀ ਵਿੱਚ ਐਂਗਲ ਲਾਏ ਵੇ ਆ ਜ਼ਿਆਦਾ ਜਗ੍ਹਾ ਕਵਰ ਕਰਦੇ ਇਹ ਇਹਦੇ ਨਾਲ ਘੱਟ ਕਰਨੀ ਉਹਨੇ ਫਿੱਟ ਕਰੇ ਵੇ ਆ ਉਹੀ ਐਂਗਲਾਂ ਦੇ ਮੂਹਰੇ ਐ ਫਰੇਮ ਬਣਾ ਦੂੰਗੇ ਵਿੱਚ ਬਣਨੇ ਦੇ ਹਾਂ ਉਹੀ ਐਂਗਲਾਂ ਦੇ ਚੱਲ ਐਂਗਲ ਤਾਂ ਆ ਵੀ ਜਾਊਗਾ ਪੈਪ ਇੱਕ ਚ ਘੱਟ ਵੀ ਗਿਆ ਹੋਰ ਉਹ ਬਾਲਤੂ ਉਹੀ ਆਹੋ ਵਿੱਚ ਚੜਨੇ ਤੇ ਇੱਕੇ ਪੈਪ ਲੱਗਣਾ ਇਸ ਲੋੜ ਦੀ ਯਾਰ ਇਹ ਉਹ ਇਹਦੇ ਪਰ ਪੈਰ ਰੱਖ ਕੇ ਨਾ ਆਹ ਬੋਕ ਬੜਾ ਇਹਦੇ ਪੈਰ ਰੱਖ ਕੇ ਉੱਪਰ ਨੂੰ ਚੜਨੇ ਨੂੰ ਕਰਦਾ ਉੱਪਰ ਇਹ ਗੇਟ ਦੇ ਸਿਰੇ ਪਰ ਪੈਰ ਰੱਖਦਾ ਦੇਖ ਲਾ ਇੱਕ ਦਿਨ ਇਹਨੇ ਮੈਨੂੰ ਟੱਕਰ ਮਾਰੀ ਉਹ ਕੰਧ ਨਾਲ ਮਾਰ ਬੰਨਿਆ ਵਾ ਤਾਂ ਕਿਉਂਕਿ ਮੈਂ ਘੱਟ ਵੜਦਾ ਏ ਵਿੱਚ ਇਹਨਾਂ ਨੂੰ ਤਾਂ ਕੁਛ ਕਹਿੰਦਾ ਨੀ ਇਹੋ ਜਿਹਾ ਕਾਣ ਤੇ ਆਪਦਾ ਬੰਨਿਆ ਵਾ ਤਾਂ ਸਾਰਾ ਦਿਨ ਜਮ ਆਇਆ ਮੈਨੂੰ ਟੱਕਰ ਮਾਰ ਗਿਆ ਉਹ ਕੰਧ ਨਾਲ ਮਾਰਿਆ ਚੱਕ ਕੇ ਦੇਖ ਲੈ ਇੰਨੀ ਜਾਨ ਆ ਢਿੱਡ ਚ ਮਾਰਿਆ ਸਿੰਘ ਟੱਕਰ ਅਜੇ ਤਾਂ ਥੋੜੇ ਲਿੱਸੇ ਹੋ ਗਏ ਕਿਉਂਕਿ ਹਰਿਆਈ ਨੀ ਹੈਗੀ ਅਜੇ ਮੁੱਕੀ ਵੀ ਆ ਕੱਲੀ ਫੀਡ ਚੱਲਦੀ ਆ ਅਚਾਰ ਫੀਡ ਨਹੀਂ ਨਹੀਂ ਤਾਂ ਹਾਈਟ ਬਹੁਤ ਆ ਇਹਦੀ ਇਹ ਘੱਟੋ ਘੱਟ 40-45 ਇੰਚ ਦਾ ਹੋਣਾ ਸਾਰੇ ਹੀ ਆ ਦੋ ਤਿੰਨ ਕੁ ਵਿੱਚ ਉਹ ਆ ਬਸ ਦੇਸੀ ਦੇਸੀ ਇੱਕ ਆਹ ਦੇਸੀ ਇੱਕ ਆਹ ਦੇਸੀ ਸਾਰੀਆਂ ਬੀਟਲ ਹਾਂ ਉਹਨੂੰ ਕਹਿੰਦੇ ਆ ਇਹਦੇ ਕੰਨ ਬਹੁਤ ਇਹਦੇ ਕਿਤੇ ਆਦੇ ਕੰਨਾਂ ਦੇ ਕਿੱਡੇ ਕਿੱਡੇ ਲੰਬੇ ਆ ਚਿੱਟੀਆਂ ਸ਼ਾਹ ਇਹ ਨਸਲ ਦੇ ਵਿੱਚ ਆ ਜੀ ਇਹ ਹੋਰ ਚ ਆ ਗਏ ਸਾਰੀਆਂ ਚਿੱਟੀਆਂ ਇਹ ਅੰਬਰਸਰੀ ਚ ਮਿਕਸ ਆ ਇਹ ਅਸਲੀ ਬੀਟਲ ਆਹ ਨਸਲ ਆ ਅੱਛਾ ਪਰ ਅੰਬਰਸਰੀ ਮੰਗੋ ਆਹ ਮੁੜਿਆ ਪਿਆ ਯਾਰ ਮਿਕਸ ਆ ਉਹਦੇ ਕਿਹੜੇ ਨਸਲ ਮਿਕਸ ਹੋ ਸਕਦੀ ਆ ਮੈਨੂੰ ਵੀ ਉਹਨੂੰ ਦੱਸਿਆ ਤਾ ਮੈਂ ਆਹ ਚੀਜ਼ ਬਾਰੇ ਹਾਂ ਉਹਦੇ ਕੋਲ ਰੱਖੀ ਹੋਈ ਹਾਂ
मतलब तीन चार तीन इंच वधानी बहुत जिनी चढ़ाई होना एक फुट कर देनी मिंगना बाहर आई जा कंध देनी भी नहीं आनी पूरे तक खलारा पै जाता नहीं सारिया भी फुट इधर नू दस तीह फुट है टोटल है चार इंच लग जानी तीन सौ वादू मतलब जे तू खड़मी गया 300 जे नहीं दुगनी ला ला जे दूए तरह दुगनी होनी नहीं ए पूरी आ जानी चार इंच का जे ओद बज जानी थी ਤੇਗੇ ਖੜੀ ਟਿਕਲ ਉਹਦੇ ਕੇ ਵੱਜਣੀ ਤੇ ਮੈਂ ਪਤਾ ਕਹਾਂ ਤੇਗੇ ਦਾ ਕੀ ਤੇਗਾ ਰਹਿਣ ਦੇ ਵਿੱਚ ਮਿੱਟੀ ਵੀ ਪਾਉਂਦਾ ਹਾਂ ਉਹ ਹੀ ਤੱਕ ਵੱਜਣੀ 4 ਇੰਚ ਠੀਕ ਆ 4 ਇੰਚ ਹਾਂ ਕੋਈ ਨਹੀਂ ਢਾਲੀ ਦੇ ਦੋ ਬੱਤੇ ਮਾੜੇ ਮਾੜੇ ਉਹ ਕੱਢ ਕੇ ਇੱਕ ਦੋ ਰਾ ਦੇ ਥੱਲੇ ਵੀ ਲਾ ਦੇਣੇ ਪੰਨੇ ਧਰਤੀ ਮੈਂ ਕੋਈ ਨਹੀਂ ਵਿੱਚ ਇੰਨੀ ਰੱਖ ਲਈਏ 10 ਇੰਚ ਬਹੁਤ ਆ ਬਹੁਤ ਹਾਂ ਡੈਡੀ 10 ਇੰਚ ਬਹੁਤ ਆ ਵਿੱਚ ਹਾਂ ਹੁਣ ਸਾਰੀ 6 ਇੰਚ ਆ ਨਹੀਂ ਨਹੀਂ ਆ 10 ਦੇਖੀ ਕਿੱਥੇ ਆਉਂਦੀ 10 10 ਦੇਖ 10 ਹੋਰ ਆ ਜਾਣੀ ਆ ਆ ਇੰਨੀ ਵਿੱਚ ਹੋ ਜਾਣੀ ਡੈਡੀ ਇੱਟ ਬਾਹਰ ਆ ਜਾਣੀ ਤੇ ਇੰਨੀ ਚੌੜੀ ਹੋ ਜਾਣੀ ਥੋੜੀ ਵਿੱਚ ਰੱਖਣੀ ਇਹ ਮਤਲਬ ਇੱਟ ਬਾਹਰ ਆ ਜਾਣੀ ਤੇ 10 ਇੱਟ ਨੇ ਉਰੇ ਜਗ੍ਹਾ ਦੇ ਲੈਣੀ ਇੱਥੇ ਅੱਛਾ ਕਿਉਂਕਿ ਅੜਗੱਟਾ ਇੱਧਰ ਵੀ ਲੰਘਦੇ ਨੂੰ ਹੋਣਾ ਨਾ ਫਿਰ ਹੋਰ ਕੀ ਆ ਦੇਖੋ ਇੱਥੇ ਇੱਕ ਇੱਟ ਤਾਂ ਉਰੇ ਲੱਗਣੀ ਆ ਉਰੇ ਨਹੀਂ ਜਗ੍ਹਾ ਲੈਣੀ ਉੱਧਰ ਵੀ ਘੇਰਨੀ ਜਗ੍ਹਾ ਫੋਟੋ ਉਰੇ ਆ ਗਿਆ ਤੇ ਇੱਥੇ ਆ ਜਾਣੀ ਉਰੇ ਆ ਜਾਣੀ ਤੇਰੀ ਖੋੜ ਆ ਜਾਣੀ ਹਾਂ ਫੋਟੋ ਜੇ ਵਿੱਚ ਫੋਟੋ ਰੱਖੀ ਹਾਂ ਵਿੱਚ ਘਟਾ ਲੂੰਗੇ 10 ਇੰਚ ਕਰ ਲੂੰਗੇ ਬਹੁਤ ਮਿੱਟੀ ਜਿੰਨੀ ਕੁ ਪੈਣੀ ਹਾਂ ਲੈ ਪਾ ਦੀ ਬਸ ਠੀਕ ਆ ਬਾ ਤੂੰ ਸ਼ਾਮ ਫੋਨ ਮਾਰਦੀ ਵੀ ਅੱਜ ਮੈਂ ਆਉਣਾ ਅਸੀਂ ਤਾਂ ਕੱਲ ਨੂੰ ਸਮਾਨ ਲਿਆ ਕੇ ਰੱਖ ਲੈਣਾ ਓਕੇ ਵੀਰੇ ਤੇਰਾ ਸਮਾਨ ਪੂਰਾ ਕਰ ਦੇਣਾ ਹਾਂ ਜਿੱਦਣ ਵੀ ਆਉਣਾ ਸ਼ਾਮ ਨੂੰ 2 ਘੰਟੇ ਚਾਹੇ 2 ਦਿਨ ਲੱਗੇ 3 ਦਿਨ ਲੱਗੇ ਸ਼ਾਮ ਨੂੰ ਲਾ ਜਾ ਕਿਉਂਕਿ ਪੂਰੀ ਦਿਹਾੜੀ ਦਾ ਟਾਈਮ ਤੇਰੇ ਪਾ ਲੱਗਣਾ ਨਹੀਂ ਮੈਨੂੰ ਪਤਾ 1 ਦਿਨ ਪਹਿਲਾਂ ਫੋਨ ਕਰ ਦੇਣਾ ਵੀ ਆਪਣਾ ਸਮਾਨ ਅੱਜ ਲਿਆ ਕੱਲ ਨੂੰ ਮੈਂ ਆ ਜਾ ਹਾਂ ਸਮਾਨ ਤਾਂ ਪਿਆ ਹੀ ਆ ਸਮਾਨ ਤਾਂ ਪਿਆ ਹੀ ਆ ਸਮੈਂਟ ਤਾਂ ਆਉਂਗਾ ਉਹ ਤਾਂ ਉਹਰੇ ਕਾਲੇ ਤੇ ਲੈ ਆਉਣਾ 2 ਮਿੰਟ ਚ ਬਜਰੀ ਮਨਸੂਏ ਵਾਲੇ ਤੇ ਲੈ ਆਉਣੀ ਕਰ ਦੂੰਗਾ ਸ਼ਾਮ ਨੂੰ 2 ਸ਼ਾਮਾਂ ਲਾ ਦੂੰਗਾ ਗੱਲ ਬਣਾ ਦੂੰਗਾ ਆਪਾਂ ਗੱਲੇ ਬਣਾਉਣੀ ਹੈ ਹਾਂ ਕਿੰਨੇ ਟੋਕਰੀਆਂ ਲਿਆਏ ਬਜਰੀ ਦੀਆਂ ਬਜਰੀ 6 ਲਿਆਇਓ 6 ਹਾਂ 6 ਵਾਧੂ ਠੀਕ ਆ ਚਲੋ ਠੀਕ ਆ ਵੀਰੇ ਹਾਂ ਠੀਕ ਆ ਬਾਈ ਚੱਲ ਇਹ ਵੀ ਹੋ ਗਿਆ ਕੰਮ ਚੱਲ ਮੈਂ ਨਹੀਂ ਜਾਣਾ ਪੈਣਾ ਸਪੈਸ਼ਲੀ ਤੇ ਅੱਜ ਆਪੇ ਆ ਗਿਆ ਇਹ ਤੇ ਜਾਣਾ ਪੈਣਾ ਤਾਂ ਐਵੇਂ ਹੀ ਚਲਾਦਾ ਜੀ ਹਾਂ ਉਹ ਅਸੀਂ ਵੀ 2 ਦਿਨ ਤਾਂ ਹੀ ਨਹੀਂ ਅਜੇ ਗਏ ਅਸੀਂ ਕਿ ਤਿਹਾਰ ਆ ਵੀ ਚੱਲ ਤਿਹਾਰ ਤੇ ਬਾਅਦ ਕਰਾਉਂਦੇ ਆ ਹੁਣ ਪਰਸੋਂ ਦਾ ਰੱਖੀ ਤੂੰ ਪਰਸੋਂ ਸ਼ਾਮ ਨੂੰ ਜਿਕਣਾ ਸਾਹਿਬ ਜੋ ਦਿਲਾਇਆ ਇਹਨੇ 2-2 ਘੰਟੇ ਲਾ ਜਵੇ 2 ਦਿਨ ਵੀ ਆਪਾਂ ਨੇ ਕੀ ਕਰਾਉਣਾ ਆਪਾਂ ਨੇ ਕਿਹੜਾ ਇਥੇ ਲੰਬਾ ਜੜੋ ਕੰਮ ਹਾਂ 2-2 ਘੰਟੇ ਲਾਏ ਵੇ ਨੇ ਚੱਲ 4 ਘੰਟੇ ਜੇ ਨੇ ਬੈਠ ਦੇਣਾ ਬਾਕੀ ਇੱਕ ਦਿਨ ਦੇ ਜੇ ਬੜਾਊਗਾ ਉਦੋਂ ਤਾਂ ਫਿਰ ਪੱਕਣਾ ਹੀ ਹੈ ਤੇ ਟਾਈਮ ਵਿੱਚ ਮਿੱਟੀ ਪਊਗੀ ਗਰਮੇ ਦੇ ਸਤਿ ਸ਼੍ਰੀ ਅਕਾਲ ਜੀ ਬਾਈ ਤੁਹਾਨੂੰ ਸਾਰਿਆਂ ਨੂੰ ਤੇ ਸਵਾਗਤ ਹੈ ਅੱਜ ਦੇ ਨਵੇਂ ਬਲੌਗ 'ਚ ਤੇ ਮਿਲੋ ਬਾਈ ਡੌਨ ਬਾਈ ਨੂੰ ਤਕਰੀਬਨ ਪੂਰੇ ਪੰਜਾਬ ਚ ਹਨਾ ਜਾਣੀ ਕਿ ਅੱਧਿਆਂ ਨੇ ਕੱਲ ਮਨਾਲੀ ਚਲੋ 31 ਤਰੀਕ ਨੂੰ ਤੇ ਆਪਾਂ 1 ਤਰੀਕ ਨੂੰ ਮਨਾ ਰਹੇ ਹਾਂ ਬਾਈ ਆਏ ਆ ਵੀ 2 ਵਿਸ਼ਕਰਮਾ ਹੋ ਗਏ ਅੱਜ ਵੀ ਵਿਸ਼ਕਰਮਾ ਹਾਂ ਵਿਸ਼ਕਰਮਾ ਚਲੋ ਕੱਲ ਵੀ ਲੋਕਾਂ ਨੇ ਮੱਥਾ ਟੇਕਣਾ ਕੱਲ ਵੀ ਟੇਕਣਾ ਅੱਜ ਵੀ ਟੇਕਣਾ 2 ਦੀਵਾਲੀਆਂ 2 ਵਿਸ਼ਕਰਮਾ ਹਾਂਜੀ ਤੇ ਬਾਕੀ ਭੱਠਾ ਸਾਹਿਬ ਗੁਰਦੁਆਰਾ ਸਾਹਿਬ ਆਏ ਹੋਏ ਬਾਈ ਰੋਪੜ ਤੇ ਮੱਥਾ ਟੇਕਣ ਆਏ ਹੋਏ ਤੇ ਕਰਾਉਣੇ ਤੁਹਾਨੂੰ ਵੀ ਦਰਸ਼ਨ ਹੀ ਚੱਲਦੇ ਆ ਮੱਥਾ ਟੇਕਦੇ ਆ ਜੀ ਗੁਰਦੁਆਰਾ ਭੱਠਾ ਸਾਹਿਬ
ਅੰਗ ਸੰਗ ਹੋ ਕੇ ਰਾਖੀ ਗੁਰੂ ਕਰਦਾ ਹੈ। ਭਾਈ ਵੀ ਜਦੋਂ ਮਸਾਲੇ ਲੈ ਕੇ ਗਿਆ ਭੱਠੀ ਲੈ ਗਿਆ ਗੁਰੂ ਨੂੰ ਪਿਆਰ ਲਾਉਂਦੀ ਆ। ਫੌਜ ਨੇ ਘੇਰਾ ਪਾ ਲਿਆ ਪਠਾਰੀ ਨੂੰ ਕਹਿੰਦਾ ਵੀ ਬੇਬੇ ਮੈਂ ਗੁਰੂ ਕਾ ਸਿੱਖ ਵਿਧੀ ਚੰਦ ਹੈ ਮੈਂ ਨਿਕਲਣਾ ਘੇਰਾ ਪੈ ਗਿਆ। ਉਹ ਕਹਿੰਦੀ ਮੇਰੇ ਤਾਂ ਕੋਠੜੀ ਆ ਪੁੱਤ ਛੋਟੀ ਜੀ ਲੁਕ ਜਾ ਇੱਥੇ ਪਰ ਤੈਨੂੰ ਪੁਲਿਸ ਨੇ ਫੜ ਲੈਣਾ। ਕਹਿੰਦਾ ਬੇਬੇ ਗਲਾਹੀ ਚੱਕ ਦੇ ਕਹਿੰਦੀ ਅੱਗਾਂ ਵਿੱਚ ਕਹਿੰਦਾ ਮੈਂ ਭੱਠੀ ਜੇ ਵਜਣ ਗੁਰਦੁਆਰਾ ਭੱਠ ਸਾਹਿਬ ਦੇਖ ਸਕਦਾ ਭੱਠੀ ਚ ਬੀਜੀ ਚੰਦ ਬੈਠਾ ਪਾਣੀ ਛੇਵੇਂ ਪਾਤਸ਼ਾਹ ਗੁਰਦੀ ਪਾਉਂਦਾ ਉੱਪਰ ਆਪਣੇ ਸਿੱਖਾਂ ਨੂੰ ਕਹਿੰਦਾ ਲਿਆਓ ਭਾਈ ਪਾਣੀ ਜਾ ਕੇ ਦੱਸੋ ਮੇਰੇ ਸਿੱਖ ਪੀਤੇ ਪਾਓ ਸਿਰ ਚ ਕਿਉਂ ਪਚਾਰ ਬਣ ਗਿਆ ਸੇਖ ਬੀਜੀ ਚੰਦ ਨੂੰ ਨੀ ਲੱਗਿਆ ਸੇਖ ਛੇਵੇਂ ਪਾਤਸ਼ਾਹ ਨੂੰ ਲੱਗਦਾ मालक राम डर बेदा मैं कह दो सीता चक नहीं सकता क्यों रामकार है। ਬਈ ਬਾਈ ਤੇ ਹੁਣ ਪਹੁੰਚ ਗਏ ਖੇਤਾਂ ਵਿੱਚ ਭੱਠਾ ਸਾਹਿਬ ਮੱਥਾ ਟੇਕ ਗਏ ਤੇ ਰੋਪੜ ਕੰਮ ਤਾਂ ਕਰੇ ਆਏ ਬਰਸੀਨ ਵੱਲ ਗੇੜਾ ਮਾਰਨਾ ਹੈ ਡੌਨ ਬਾਬਾ ਕਹਿੰਦਾ ਬਰਸੀਨ ਦਿਖਾ ਕੇ ਲਿਆਉਣਾ ਸਾਡੇ ਕੋਲ ਜਗ੍ਹਾ ਹੀ ਨਹੀਂ ਅਰਜ ਰਹੀ ਹੈ ਇੱਕਤੀ 2 ਕਿੱਲਿਆਂ 'ਚ ਬੂਟੇ ਲਾ ਤੇ ਭੋਰਾ ਵੀ ਨਹੀਂ ਦੇਖਿਆ ਬਰਸੀਨ ਬੀਜਣ ਨੂੰ ਉਹ ਤਾਂ ਤੁਸੀਂ ਦੇਖਣਾ ਤਾਂ ਫਿਰ ਕਿੱਡੀ ਚੌਂਤਰੀ ਪਰ ਚੜਿਆ ਹੇਠਾਂ ਉੱਤਰ ਜਾ ਕਿ ਦਿਖਦਾ ਨਹੀਂ ਬਰਸੀਨ ਉਹ ਸਿਰੇ ਤੱਕ ਬਰਸੀਨ ਦਿਖਦਾ ਨਹੀਂ ਅੱਖਾਂ ਹੋ ਗਈਆਂ ਰੋਸ਼ਨੀ ਜੀ ਪੈ ਗਈ ਦਿਵਾਲੀ ਕਰਕੇ ਨਾ ਉਹ ਪੈ ਗਈ ਬਾਕੀ ਪਾਲਕੀ ਸਾਹਿਬ 10 ਗੱਜ ਲਿਆਉਣੀ ਆ ਫਿਰ ਆਪਾਂ ਬੰਦਿਆਂ ਨੂੰ ਦੱਸਣਾ ਵੀ ਆ ਮੋਗੇ ਸਾਈਡ ਜਾਣਾ ਵੀ ਆਪਾਂ ਪਾਲਕੀ ਪਰਸੋਂ ਨੂੰ ਹੈ ਪਰਸੋਂ ਨੂੰ ਜਾਵਾਂਗੇ ਆਪਾਂ 6 ਵਜੇ ਨਿਕਲੂਗੇ ਹੇਠਾਂ ਉੱਤਰ ਹੇਠਾਂ 6 ਵਜੇ ਨਿਕਲੂਗੇ ਬਾਬੇ ਪਰਸੋਂ ਨੂੰ ਪੱਕਾ ਇਹ ਪਰਸੋਂ ਨੂੰ ਹਾਂ ਪੱਕਾ ਗੱਡੀ ਮਗਰ ਹੁੱਕ ਲਾ ਲੈਣਾ ਐਤਵਾਰ ਨੂੰ ਪੱਕਾ ਨੰਬਰ ਬੋਲਦੇ ਬਾਈ ਜੇ ਮਿਲਣਾ ਹੋਇਆ ਸਾਨੂੰ ਉਧਰ ਮਿਲ ਸਕਦਾ ਲੁਧਿਆਣੇ ਤੇ ਆਪਾਂ ਜਗਰਾਓ ਨੂੰ ਹੋ ਕੇ ਜਾਣਾ ਤੂੰ ਆਪਣਾ ਬੋਲ ਮੇਰੇ ਕੋਲ ਨੰਬਰ ਹੀ ਨਹੀਂ ਹੈਗਾ ਫੇਰ ਆਪਣਾ ਬੋਲ ਦੇ ਮੈਂ ਤਾਂ ਸਾਲੇ ਦਿਵਾਲੀ ਵੀ ਮਿਲਣਾ ਤਾਂ ਸੁੱਕੀ ਜੋ ਨੰਗੀ ਸਾਲੀ ਫੋਨ ਲੈਣਾ ਤਾਂ ਆਓ ਬਾਈ ਫੋਨ ਲੈਣਾ ਤਾਂ ਚਲੋ ਬਾਕੀ ਲਾਉਂਗੇ ਹੁਣ ਲਾਉਂਗੇ ਗੁਰ ਹੁਣ ਗੁਰਪੁਰਬ ਤੋਂ ਪਹਿਲਾਂ ਲਾਉਂਗੇ ਦਵਾ ਦੇਣਾ ਜਾਣੀ ਕਿਸੇ ਨੂੰ ਜਾਣੀ ਕਿ ਲੈਣਾ ਚਾਹੇਗਾ ਸੁੱਕੀ ਜੀ ਲਾਂਗੀ ਬਣੀ ਨਹੀਂ ਹੈਗੀ ਜੀ ਬਣੀ ਨਹੀਂ ਸਾਡੀ ਗੱਲ ਬਣੀ ਨਹੀਂ ਗੱਲ ਕਹਾਣੀ ਨਹੀਂ ਬਣੀ ਲੈ ਲੈਣਾ ਚੱਲ ਦਵਾ ਦੇਣਾ ਤੈਨੂੰ ਫੋਨ ਤਾਂ ਚੱਲੇ ਲੂੰਗੇ ਤੇ ਉਹਦੇ ਬਾਅਦ ਨੰਬਰ ਦੱਸ ਦੇ ਇੱਕ ਵਾਰੀ 9465121849 ਫੇਰ ਦੱਸ ਦੇ 9465121849 ਦੱਸ ਦਿਓ ਹਨਾ ਬਾਈ ਹਾਂ ਬਾਈ ਪੱਕਾ ਦੱਸ ਦਿਓ ਸਾਨੂੰ ਅਸੀਂ ਸ਼ਾਮ ਪਰਸੋਂ ਸਵੇਰੇ 6 ਵਜੇ ਚੱਲਣਾ ਗੱਡੀ ਦੇ ਮਗਰ ਹੁੱਕ ਲਵਾ ਕੇ 2-3 ਕੁ ਜਾਣੇ ਹੋਣਗੇ ਬਾਈ ਅਸੀਂ ਬਦਬਾ ਸ਼ਾਮ ਨੂੰ ਫਿਰ ਇੱਕ ਡਰਾਈਵਰ 3 ਜਣੇ ਆਪਾਂ 4 ਜਣੇ ਹੋਣਗੇ ਉਹਦਾ ਬਾਕੀ ਹੁਣ ਦਿਨ ਵੀ ਕੁਛ ਨਹੀਂ ਹੈ 1 ਤਰੀਕ ਤਾਂ ਹੋ ਗਈ ਯਾਰ 13-14 ਦਿਨ ਤਾਂ ਹੈਗਾ ਹੀ ਇਹ ਪ੍ਰੋਗਰਾਮ ਦੋ ਇਹ ਵੀਰਵਾਰ ਕੱਢ ਕੇ ਅਗਲੇ ਵੀਰਵਾਰ ਲਿਆ ਕੇ ਫਿਰ ਤਿਆਰੀ ਵੀ ਕਰਨੀ ਉਹਦੀ ਹਾਂ ਬਾਈ ਬਾਕੀ ਕੋਈ ਗੱਲ ਨਹੀਂ ਬਾਕੀ ਜਹਾਜ਼ ਵੀ ਆ ਜਾਣਾ ਆਪਣਾ ਫਿਰ ਹਾਂ ਨਗਾਰਾ ਵੀ 4-5 ਤਰੀਕ ਤੱਕ ਬਾਕੀ ਬਾਈ ਹੈਪੀ ਦੀਵਾਲੀ ਭਾਈ ਸਾਰਿਆਂ ਨੂੰ ਹਨਾ ਹਾਂ ਹੈਪੀ ਦੀਵਾਲੀ ਤਾਂ ਹੈਗੀ ਹੈਗੀ ਹੈਪੀ ਦੀਵਾਲੀ ਕਹਿਣ ਨੂੰ ਰੂ ਨਹੀਂ ਕਰਦੀ ਅੱਧੇ ਕਈਆਂ ਨੇ ਕੱਲ ਮਨਾਤੀ ਹਾਂ ਅੱਧੇ ਨੇ ਕੱਲ ਮਨਾਤੀ ਕਰਾਂ ਹੀ ਹੋ ਗਿਆ ਯਾਰ ਚਲੋ ਬਾਕੀ ਦੇਖਦੇ ਆ ਆਪਣੀ ਪਰਾਲੀ ਪਈ ਬਾਈ ਹਲੇ ਚੱਕਣੇ ਨੂੰ ਦੇਖਦੇ ਆ ਮਸ਼ੀਨ ਕਦ ਆਉਂਦੀ ਗੱਠਾਂ ਵਾਲੀ ਸਾਰੀ ਉੱਪਰ ਕਟਰ ਮਰਵਾਤਾ ਸਾਪਾਂ ਨੇ ਬਾਈ ਤੇ ਦੇਖਦੇ ਆ ਕਦ ਚੱਕ ਹੁੰਦਾ ਆ ਖੇਤਾਂ ਤਾਂ ਬਾਬੇ ਬਹੁਤ ਗਿੱਲ ਲਈਦਾ ਤਾਂ ਉਰੀ ਐ ਉਹ ਕਣਕ ਬੀਜ ਸਾਡਾ ਬੰਦਾ ਤੇਜ਼ ਆ ਕਣਕ ਬੀਜ ਗਿਆ ਬੀਜ ਵੀ ਦਿੱਤੀ ਸੁਪਰ ਸੀਡਰ ਤੇ ਵਜਾਤੀ ਬਹੁਤ ਤੇਜ਼ ਨਿਕਲੇ ਵਧੀਆ ਉਹੀ ਰਹਿ ਗਈ ਸਹੀ ਨਾਲ ਅੱਛਾ ਉਹ ਪਰਾਲੀ ਚੱਕ ਹੋਣੀ ਆ ਮੈਂ ਚੁਕਾ ਦਵਾਂ ਆਪਣੇ ਨਾਲ ਲੱਗਦੀ ਮਸ਼ੀਨ ਆਈ ਹੁਣ ਜਿੱਦ ਉਹਦੇ ਚੁਕਵਾ ਦੂੰਗੇ ਹੇਠਾਂ ਦੇ ਮੈਂ ਦੇਖੀ ਹੇਠਾਂ ਦੇ ਤਾਂ ਵੱਡੀ ਹੋਈ ਆ ਤੁਹਾਡੀ ਕਿੰਨੇ ਵੇਲੇ ਲੈ ਜਾਂਦੇ ਹੋ ਪੈਸੇ ਕੁਛ ਨਹੀਂ ਫ੍ਰੀ ਚ ਫ੍ਰੀ ਚੱਕਣੀ ਉਹਨਾਂ ਨੇ ਉਹ ਇਕੱਠੀ ਕਰਨੀ ਉਹਨਾਂ ਨੇ ਜਿਹੜੇ ਉਹ ਗੱਠਾਂ ਬਣਾਉਂਦੇ ਗੱਠਾਂ ਫ੍ਰੀ ਆਪਣੇ ਕੁਛ ਨਹੀਂ ਦੇਣਾ ਉਹਨਾਂ ਨੇ ਬਣਵਾਦੇ ਸਾਲੇ ਉੱਥੇ ਕਿਆ ਜੇ ਹੋਇਆ ਕਟਰ ਮਰਵਾਉਣਾ ਪੈ ਗਿਆ 500 ਰੁਪਇਆ ਲੱਗਣਾ ਬਸ ਕਟਰ ਤੇਰੇ ਨਾਲ ਮਾਰ ਕੇ ਗਿਆ ਹਾਂ ਮੇਰੇ ਤਾਂ ਮਾਰ ਗਿਆ ਫਿਰ ਜੇ ਮੇਰੇ ਐਂ ਗੱਠਾ ਬਣਾ ਦਵੇ ਦੇਖਦੇ ਮੈਨੂੰ ਲੱਗਦਾ ਵੱਡੀ ਦਾ ਹੇਠਾਂ ਦਿਓ ਤੇਰੀ ਜੇ ਐਂ ਲੋਟ ਆ ਜਾਵੇ
पटाके पटूके चलाने रूह ही कर दी ओनी है। चल मत्था टेक दर्शन दीदार करे वधिया रहे जाते है। चल अज भी जाया चल चमकौर साहब रह गया अपना है देख लूंगा शाम नहीं ऐतवार तो जाना ही है। बाकी भाई देखोगे हम परसों जाऊंगे दिन ऐतवार तरीक नहीं है परसों चार तरीक अज तीन तरीक शुक्रवार एक तरीक हाँ शनिवार तो ऐतवार तीन तरीक न आऊंगे भाई तीन तरीक न दिन ऐतवार। चल ठीक है चलिए फिर बाबे चलो भाई चलो।